ਹਾਂਜੀ ਦੋਸਤੋ ਜਿਵੇਂ ਤੁਸੀਂ ਇੰਸਟਾਗ੍ਰam ਦੀ ਵੀਡੀਓ ਦੇਖ ਕੇ ਲਿੰਕ ਨੂੰ ਕਲਿੱਕ ਕੀਤਾ ਹੋਣਾ ਜਾਂ ਫਿਰ ਜੇ ਤੁਸੀਂ ਸਿੱਧਾ ਡਾਇਰੈਕਟਲੀ YouTube ਤੋਂ ਇਹ ਵੀਡੀਓ ਦੇਖ ਰਹੇ ਹੋ ਤਾਂ ਤੁਹਾਨੂੰ ਕਲੀਅਰ ਕੱਟ ਪਤਾ ਲੱਗ ਹੀ ਚੁੱਕਿਆ ਵੀ ਇਹੇ ਡਿਸਕਸ਼ਨ ਹੈ ਜਿਹੜੀ ਈਮੇਲ ਰਾਈਟਿੰਗ ਦੇ ਉੱਤੇ ਹੈ ਸਪੈਸ਼ਲੀ ਉਹਨਾਂ ਬੱਚਿਆਂ ਲਈ ਜਿਨ੍ਹਾਂ ਦੇ ਰਾਈਟਿੰਗ ਦੇ ਸਕੋਰਸ 88 ਨਹੀਂ ਆ ਰਹੇ ਉਹਨਾਂ ਨੂੰ ਡਿਸਕਸ ਕਰਦੇ ਡੀਪਲੀ ਮੈਂ ਚਾਰ ਟਾਈਪ ਦੇ ਕੁਐਸਚਨਸ ਤੁਹਾਨੂੰ ਸ਼ੋਅ ਕਰਨ ਜਾ ਰਿਹਾ ਹਾਂ ਫਰਸਟ ਕੁਐਸਚਨ ਸੈਕੰਡ ਕੁਐਸਚਨ ਥਰਡ ਫੋਰਥ ਆਪਸ ਦੇ ਵਿੱਚ ਕਿਵੇਂ ਇਹ ਮੈਚ ਨਹੀਂ ਕਰਦਾ ਜਾਂ ਚਾਰਾਂ ਦੇ ਵਿੱਚ ਜਿਹੜਾ ਤੁਸੀਂ ਐਲਏ ਅਕਾਦਮੀ ਵਾਲਾ ਟੈਂਪਲੇਟ ਲਗਾ ਰਹੇ ਹੋ ਉਹ ਕਿਵੇਂ ਵਰਕ ਨਹੀਂ ਕਰਦਾ ਸਭ ਤੋਂ ਪਹਿਲੀ ਆਉਂਦੀ ਹੈ ਇਨਫਾਰਮਲ ਈਮੇਲ ਜਿਹਨੂੰ ਆਪਾਂ ਪੜ੍ਹ ਕੇ ਦੇਖਦੇ ਹਾਂ ਯੂਅਰ ਫੈਮਿਲੀ ਹੈਜ਼ ਡਿਸਾਈਡਡ ਟੂ ਬਾਏ ਅ ਕਾਰ ਫਰੋਮ ਯੂਅਰ ਫਰੈਂਡ ਰਾਈਟ ਐਨ ਈਮੇਲ ਟੂ ਹਿਮ ਆਸਕਿੰਗ ਫਾਰ ਦ ਲੋਕੇਸ਼ਨ ਐਂਡ ਟਾਈਮ ਟੂ ਮੀਟ ਐਂਡ ਚੈਕਿੰਗ ਥਿੰਗਸ ਆਊਟ ਹੁਣ ਉਹੀ ਟੈਂਪਲੇਟ ਨੂੰ ਜੇ ਤੁਸੀਂ ਐਜ਼ ਇਟ ਇਜ਼ ਲਿਖਤਾ ਤੁਸੀਂ ਚੱਕ ਕੇ ਰੱਖ ਦੋਗੇ ਲੋਕੇਸ਼ਨ ਐਂਡ ਟਾਈਮ ਬਟ ਵਾਟ ਅਬਾਊਟ ਦ ਪਰਟਿਕੂਲਰ ਲੋਕੇਸ਼ਨ ਐਂਡ ਪਰਟਿਕੂਲਰ ਟਾਈਮ ਕੰਪਿਊਟਰ ਦੇ ਜਾ ਜਿਹੜੇ ਵੀ ਪ੍ਰੋਫੈਸ਼ਨਲਸ ਲਈ ਦਿੱਤੀਆਂ ਹੋਈਆਂ ਉਹਦੇ ਵਿੱਚ ਇੱਕ ਡੇਟ ਆਊਗੀ ਕੋਈ ਨਾ ਕੋਈ ਜਗ੍ਹਾ ਦਾ ਨਾਮ ਆਊਗਾ ਜਿੱਥੇ ਤੁਸੀਂ ਪਾਰਟਿਕੁਲਰਲੀ ਮੀਟ ਕਰਨਾ ਹੋਊਗਾ ਤੇ ਅਸੀਂ ਗੱਡੀ ਦੀ ਗੱਲਬਾਤ ਕਰਨੀ ਹੈ ਤੁਸੀਂ ਐਜ਼ ਇਟ ਇਜ਼ ਕਾਪੀ ਪੇਸਟ ਕਰ ਰਹੇ ਹੋ ਚੀਜ਼ਾਂ ਚੱਕ ਚੱਕ ਕੇ ਹੈਜ਼ ਡਿਸਾਈਡਡ ਟੂ ਬਾਏ ਆ ਕਾਰ ਇਹਨੂੰ ਚੱਕ ਕੇ ਰੱਖਤਾ ਈਮੇਲ ਟੂ ਹਿਮ ਚੱਕ ਕੇ ਵੀ ਐਜ਼ ਇਟ ਇਜ਼ ਵਿੱਚ ਰੱਖਤਾ ਇਸ ਤਰੀਕੇ ਨਾਲ ਤੁਹਾਡੇ ਰਾਈਟਿੰਗ ਦੇ ਸਕੋਰਸ ਨਹੀਂ ਆਉਣੇ ਸੋ ਇਹਨੂੰ ਥੋੜਾ ਜਿਹਾ ਇਲੈਬੋਰੇਟ ਕਰਨਾ ਪੈਣਾ ਮੈਂ ਨਹੀਂ ਕਹਿੰਦਾ ਟੈਂਪਲੇਟ ਨਾ ਯੂਜ਼ ਕਰੋ ਬਟ ਐਟ ਲੀਸਟ ਕੁਛ ਐਕਸਪਲੇਨ ਕਰੋ ਜੇ ਤੁਸੀਂ ਚੀਜ਼ਾਂ ਨੂੰ ਵਾਰੀ ਵਾਰੀ ਰਿਪੀਟ ਕਰਦੇ ਪਏ ਹੋ ਉਹ ਵੀ ਚੀਜ਼ ਬਹੁਤ ਜ਼ਿਆਦਾ ਗਲਤ ਹੋ ਜਾਊਗੀ ਨਾਲੇ ਇਨਫਾਰਮਲ ਈਮੇਲ ਦੇ ਵਿੱਚ ਆਪਾਂ ਕਦੇ ਵੀ ਫਾਰਮਲ ਵਾਲਾ ਟੈਂਪਲੇਟ ਨਹੀਂ ਯੂਜ਼ ਕਰਦੇ ਡਿਫਰੈਂਸ ਕੀ ਹੈ ਜੀ ਫਾਰਮਲ ਤੇ ਇਨਫਾਰਮਲ ਦੇ ਵਿੱਚ ਤੁਸੀਂ ਥੋੜਾ ਜਿਹਾ ਗੂਗਲ ਕਰਕੇ ਦੇਖ ਸਕਦੇ ਹੋ ਵਾਟ ਇਜ਼ ਇਨਫਾਰਮਲ ਐਂਡ ਵਾਟ ਇਜ਼ ਫਾਰਮਲ ਲੈਂਗੁਏਜ ਠੀਕ ਹੈ ਇਨਫਾਰਮਲ ਲੈਂਗੁਏਜ ਜਸਟ ਤੁਹਾਡੇ ਗ੍ਰੀਟਿੰਗ ਤੋਂ ਤੇ ਤੁਹਾਡੇ ਜਸਟ ਐਂਡਰ ਤੋਂ ਨਹੀਂ ਪਤਾ ਲੱਗਦੀ ਜੇ ਆਪਾਂ ਡੀਅਰ ਦੀ ਜਗ੍ਹਾ ਤੇ ਹੈਲੋ ਫਰੈਂਡ ਲਿਖ ਦਾਂਗੇ ਜਾਂ ਹੈਲੋ ਦੋਸਤ ਕੁਝ ਵੀ ਜਾਂ ਲਾਸਟ ਵਾਲੇ ਕਨਕਲੂਜਨ ਦੇ ਵਿੱਚ ਆਪਾਂ ਲਿਖ ਦਾਂਗੇ ਥੈਂਕ ਯੂ ਠੀਕ ਹੈ ਤਾਂ ਉਹਦੇ ਨਾਲ ਉਹ ਇਨਫਾਰਮਲ ਨਹੀਂ ਹੋ ਜਾਂਦੀ ਸੋ ਜਿਹੜੀ ਵਿੱਚ ਤੁਸੀਂ ਰਾਈਟਿੰਗ ਦੇ ਰਹੇ ਹੋ ਜਿਵੇਂ ਫਰਸਟ ਐਂਡ ਫਾਰਮੋਸਟ ਜਾਂ ਮੋਰਓਵਰ ਜਾਂ ਆਲਸੋ ਵਗੈਰਾ ਆਪਾਂ ਕਦੇ ਵੀ ਇਨਫਾਰਮਲ ਟونز ਦੇ ਵਿੱਚ ਆਪਦੇ ਦੋਸਤਾਂ ਨੂੰ ਕਦੇ ਵੀ ਮੋਰਓਵਰ ਫਰਦਰ ਮੋਰ ਕਰਕੇ ਗੱਲ ਨਹੀਂ ਕਰਦੇ ਸੋ ਉੱਥੇ ਹੀ ਫੜਿਆ ਜਾਂਦਾ ਵੀ ਉਹ ਟੈਂਪਲੇਟ ਐਕਚੁਅਲ ਚ ਫ ਸੋ ਗੈਟਿੰਗ ਟੂ आवर ଫਾਰਮਲ ਈਮੇਲ ਹੁਣ ਇਹਦੇ ਵਿੱਚ ਉਹੀ ਚੀਜ਼ ਜਿਹੜੀ ਆਪਾਂ ਇੱਥੇ ਡਿਸਕਸ ਕੀਤੀ ਸੀ ਤਿੰਨ ਬੁਲੇਟ ਪੁਆਇੰਟਸ ਤੇ ਦਿੱਤੇ ਹੋਏ ਆ ਬਟ ਆਪਾਂ ਬੁਲੇਟ ਪੁਆਇੰਟਸ ਨੂੰ ਐਜ਼ ਇਟ ਇਜ਼ ਕਾਪੀ ਪੇਸਟ ਕਰਦੇ ਆ ਬੁਲੇਟ ਪੁਆਇੰਟਸ ਨੂੰ ਇਲੈਬੋਰੇਟ ਕਰਨਾ ਸਿੱਖੋ ਪਹਿਲਾਂ ਤਾਂ ਇਹ ਪਤਾ ਲੱਗ ਗਿਆ ਵੀ ਹਾਂਜੀ ਮੈਨੇਜਰ ਡਾਨੀ ਨੂੰ ਤੁਸੀਂ ਐਕਚੁਅਲ 'ਚ ਈਮੇਲ ਲਿਖਣੀ ਹੈ ਐਗਜੈਕਟ ਡੇਟ ਫਾਰ ਦਾ ਵੈਕੇਸ਼ਨ ਰੀਜ਼ਨ ਫਾਰ ਦਾ ਲੀਵ ਤੁਹਾਨੂੰ ਰੀਜ਼ਨ ਮੈਂਸ਼ਨ ਕਰਨਾ ਪੈਣਾ ਹੀ ਪੈਣਾ ਤੁਹਾਨੂੰ ਸਕੋਰ ਇਸ ਤਰੀਕੇ ਨਾਲ ਨਹੀਂ ਦੇਊਗਾ ਤੁਸੀਂ ਐਂ ਨਹੀਂ ਲਿਖ ਸਕਦੇ ਮੋਰਓਵਰ ਦਾ ਰੀਜ਼ਨ ਫਾਰ Uh, my leave has detrimental effect over the society no ਇਹ ਚੀਜ਼ ਨਹੀਂ ਕੰਮ ਕਰਨੀ ਤੁਹਾਡਾ ਫਲੋ ਹੈਗਾ ਟੈਂਪਲੇਟ ਦੇ ਵਿੱਚ ਆਈ نو ਫਲੋ ਦੇ ਸਕੋਰ ਤੁਸੀਂ ਉਹਦੇ ਤੋਂ ਲੋ ਬਟ ਥੋੜਾ ਜਿਹਾ ਕ੍ਰੀਏਟਿਵ ਰਾਈਟਿੰਗ ਦਿਖਾਓ ਆਪਦੇ ਵੱਲੋਂ ਥੋੜੀ ਜਿਹੀ ਸੈਂਟੈਂਸ ਕ੍ਰੀਏਟ ਕਰਕੇ ਵਿੱਚ ਐਡ ਆਨ ਕਰਨੇ ਹੀ ਕਰਨੇ ਹੁਣ ਜੇ ਗੱਲ ਕਰੀਏ ਅਦਰ ਈਮੇਲ ਇਹ ਵੀ ਫਾਰਮਲ ਦੇ ਵਿੱਚ ਹੁਣ ਇਹਦੇ ਵਿੱਚ ਉਹਨਾਂ ਨੇ ਤਿੰਨ ਡਿਸਕਸ਼ਨਸ ਕਿਹੜੀ ਚੀਜ਼ਾਂ ਦੇ ਕਰਨ ਨੂੰ ਕਿਹਾ 뮤직 ਫੂਡ ਐਂਡ ਗੇਮਸ ਮਿਊਜ਼ਿਕ ਕਿਸ ਤਰ੍ਹਾਂ ਦਾ ਹੋਊਗਾ ਫੂਡ ਕਿਸ ਤਰ੍ਹਾਂ ਦਾ ਹੋਊਗਾ ਤੇ ਗੇਮਸ ਕਿਹੜੀਆਂ ਕਿਹੜੀਆਂ ਖੜਾਈਆਂ ਜਾਣਗੀਆਂ ਡੋਨਟ ਜਸਟ ਪਿਕ ધ 3 ਪਾਰਟिकुलर ਵਰਡਸ ਐਂਡ ਐਡ ਇਨ ਯੋਰ ਈਮੇਲ ਇਹਨੂੰ ਇਲਾਬੋਰੇਟ ਕਰੋ ਕਿਸ ਤਰ੍ਹਾਂ ਦੀ ਮਿਊਜ਼ਿਕ ਕਿਸ ਤਰ੍ਹਾਂ ਦਾ ਫੂਡ ਕਿਸ ਤਰ੍ਹਾਂ ਦੀ ਗੇਮਸ ਕਿਦੋਂ ਖਵਾਈਆਂ ਜਾਣਗੀਆਂ ਮਤਲਬ ਗੇਮਾਂ ਕਦੋਂ ਖੇਡੀਆਂ ਜਾਣਗੀਆਂ ਫੂਡ ਕਿਹੜੀ ਕਿਹੜੀ ਟਾਈਪ ਦਾ ਹੋਊਗਾ ਕਿਦੋਂ ਕਿਦੋਂ ਖਵਾਇਆ ਜਾਊਗਾ ਜਾਂ ਕੁਝ ਵੀ ਜੋ ਵੀ ਤੁਸੀਂ ਕੁਐਸਚਨ ਨੂੰ ਪੜ ਸਕਦੇ ਹੋ ਈਜ਼ੀਲੀ ਮੈਂ ਜ਼ਿਆਦਾ ਡੈਪਥ ਚ ਨਹੀਂ ਜਾਂਦਾ ਬਟ ਮੈਂ ਜਿਹੜੀ ਚੀਜ਼ ਸਮਝਾਉਣੀ ਹੈ that is ਇਹ ਤਿੰਨੇ ਪੁਆਇੰਟਸ ਨੂੰ ਆਪਾਂ ਐਜ਼ ਇਟ ਇਜ਼ ਕਾਪੀ ਪੇਸ ਨਹੀਂ ਤੇ ਨਾ ਹੀ ਕਿਤੇ ਵੀ ਤੁਸੀਂ ਉਹ ਸਾਰੀਆਂ ਚੀਜ਼ਾਂ ਨੂੰ ਰਿਪੀਟ ਮਾਰਨਾ ਆਪਾਂ ਜਿਵੇਂ ਬੱਚਾ ਕਹਿੰਦਾ ਵੀ ਸਰ ਮੇਰੇ ਪੁਆਇੰਟਸ ਪੂਰੇ ਨਹੀਂ ਹੋ ਰਹੇ ਮੇਰੀ ਬਲੈਂਕ ਪੂਰੀ ਨਹੀਂ ਹੋ ਰਹੀ ਮੈਂ ਪਿਛਲੇ ਉੱਪਰ ਲਿਆ ਚੀਜ਼ਾਂ ਚਾਕੇ ਮੈਂ ਦੁਬਾਰਾ ਲਿਖਤੀਆਂ ਜਿਵੇਂ ਕਿ ਬੱਚੇ ਅਕੈਡੈਮਿਕ ਵਾਲੇ ਈਮੇਲ ਐਸੇ ਦੇ ਵਿੱਚ ਕਰਦੇ ਹੁੰਦੇ ਸੀ ਉੱਥੇ ਵੀ ਅਸੀਂ ਉਹਨਾਂ ਨੂੰ ਰੋਕਦੇ ਆ ਰੈਪੀਟਿਸ਼ਨ ਨਹੀਂ ਦੇਣੀ ਸੈਮੀ ਫਾਰਮਲ ਜਿਹੜੀ ਕਿ ਨਾ ਤਾਂ ਫਾਰਮਲ ਟੋਨ ਹੈ ਨਾ ਹੀ ਇਨਫਾਰਮਲ ਟੋਨ ਹੈ ਹੁਣ ਇਹ ਕਿਹੜੀ ਹੁੰਦੀ ਹੈ ਤੁਸੀਂ ਆਫਿਸ ਕਲੀਗ ਨੂੰ ਕੁਝ ਲਿਖਣਾ ਹੂ ਵਿਲ ਬੀ ਜੁਆਇਨਿੰਗ ਅ ਨਿਊ ਕੰਪਨੀ ਵਾਂਟ ਵਾਂਟ ਟੂ ਡੂ ਐਨ ਇ ਇੰਟਰੋਡਕਟਰੀ ਪ੍ਰੈਜੈਂਟੇਸ਼ਨ ਕਰਨਾ ਚਾਹੁੰਦਾ ਜਿਹੜਾ ਕਿ ਇੱਕ ਨਵੀਂ ਕੰਪਨੀ ਨੂੰ ਜੁਆਇਨ ਕਰਨਾ ਚਾਹੁੰਦਾ ਬੰਦਾ ਮੈਂ ਆਪਦੇ ਦੋਸਤ ਕਲੀਗ ਨੂੰ ਲਿਖਣਾ ਚਾਹੁੰਦਾ ਹਾਂ ਹੁਣ ਕਲੀਗ ਨਾਲ ਮੇਰਾ ਰਿਸ਼ਤਾ ਕੀ ਹੈ ਮੈਂ ਆਫਿਸ ਨਾਲ ਰਿਲੇਟਡ ਹਾਂ ਤਾਂ ਕੁਝ ਨਹੀਂ ਪੁੱਛ ਰਿਹਾ ਮੈਂ ਇੱਕ ਨਵੀਂ ਜਗ੍ਹਾ ਤੇ ਜੁਆਇਨ ਕਰਨਾ ਹੈ ਮੈਂ ਉੱਥੋਂ ਦੀ ਪ੍ਰੈਜੈਂਟੇਸ਼ਨ ਨਾਲ ਰਿਲੇਟਡ ਹਾਂ ਤਾਂ ਕੋਈ ਗੱਲਾਂ ਬਾਤਾਂ ਪੁੱਛਣੀਆਂ ਸੋ ਨਾ ਦਾ ਇਹ ਫਾਰਮਲ ਹੈ ਨਾ ਇਹ ਇਨਫਾਰਮਲ ਹੈ ਸੋ ਇਹ ਸੈਮੀ ਫਾਰਮਲ ਹੈ ਸੋ ਬਹੁਤ ਜ਼ਿਆਦਾ ਫਾਰਮਲ ਟੋਨ ਨਹੀਂ ਯੂਜ਼ ਕਰਨੀ ਬਹੁਤ ਜ਼ਿਆਦਾ ਇਨਫਾਰਮਲ ਨਹੀਂ ਯੂਜ਼ ਕਰਨੀ ਸੋ ਜਿਹੜਾ ਫਾਰਮਲ ਵਾਲਾ ਟੈਂਪਲੇਟ ਹੈ ਥੋੜਾ ਬਹੁਤ ਇਹਦੇ ਚ ਚੱਲ ਸਕਦਾ ਬਟ ਲिटल ਜੇ ਚੇਂਜਸ ਕਰਿਓ ਜ਼ਿਆਦਾ ਇਨਫਾਰਮਲ ਟੋਨ ਯੂਜ਼ ਨਹੀਂ ਕਰਨੀ ਹੁਣ ਇੱਕ ਹੋਰ ਚੌਥੀ ਟਾਈਪ ਹੈ ਜਿਹੜੀ ਤੁਹਾਨੂੰ ਸ਼ਾਇਦ ਐਗਜ਼ਾਮ ਦੇ ਵਿੱਚ ਆ ਸਕਦੀ ਹੈ ਉਹ ਹੁੰਦੀ ਹੈ ਅਨੋਨਿਮਸ ਜਦੋਂ ਤੁਸੀ ਕੋਈ ਈਮੇਲ ਪਾਉਣੀ ਹੈ ਪਰ ਤੁਹਾਨੂੰ ਅਗਲਾ ਪਰਸਨ ਨਹੀਂ ਪਤਾ ਤੁਸੀਂ ਕਿਹਨੂੰ ਪਾਣੀ ਹੈ ਤਾਂ ਉਸ ਜਗ੍ਹਾ ਦੇ ਉੱਤੇ ਆਪਾਂ ਗ੍ਰੀਟਿੰਗ ਦੇ ਵਿੱਚ ਕੀ ਲਿਖਾਂਗੇ ਆਬਵੀਅਸਲੀ ਸਰ ਨਹੀਂ ਪਤਾ ਮੈਂ ਜੇਵੇ ਤੁਸੀਂ ਦੁਨੀਆਦਾਰੀ ਬਾਰੇ ਕੁਝ ਲਿਖਣਾ ਚਾਹੁੰਦੇ ਹੋ ਤੁਸੀਂ ਦ ਤੁਸੀਂ ਕਿਹੜੇ ਪਰਸਨ ਨੂੰ ਲਿਖ ਰਹੇ ਹੋ ਡੀਅਰ ਦੁਨੀਆ ਟੂ ਹੂਮ ਥਿਸ మే ਕਨਸਰਨ ਟੂ ਹੂਮ ਇਟ మే ਕਨਸਰਨ ਤੁਸੀਂ ਉਵੇਂ ਲਿਖ ਕੇ ਗ੍ਰੀਟਿੰਗ ਸਟਾਰਟ ਕਰ ਸਕਦੇ ਹੋ ਸੋ ਇਹੋ ਜਿਹੀਆਂ ਚੀਜ਼ਾਂ ਨੂੰ ਧਿਆਨ ਰੱਖੋ ਆਪਦੀ ਰਾਈਟਿੰਗ ਨੂੰ ਜੇ ਚੰਗਾ ਕਰਨਾ ਹੈ ਸਿੰਪਲ ਇੱਕ ਟੈਂਪਲੇਟ ਤੇ ਨਾ ਜਾਓ ਸੈਕੰਡਲੀ ਇੱਕ ਹੋਰ ਚੀਜ਼ ਤੁਹਾਨੂੰ ਕਲੀਅਰ ਆਊਟ ਕਰਦੀ ਐ ਸ਼ਾਇਦ ਤੁਹਾਨੂੰ ਵੀ ਇਹ ਚੀਜ਼ ਦਾ ਪਤਾ ਹੋਊਗਾ ਵੀ ਪੀਟੀ ਡੇ ਬਾਏ ਡੇ ਅਪਡੇਟ ਹੁੰਦਾ ਹੈ ਇਹ ਇੱਕੋ ਟੈਂਪਲੇਟ ਆ ਤੁਹਾਡੇ ਸਾਰਿਆਂ ਕੋਲੇ ਜਿਹੜਾ ਤੁਸੀਂ ਯੂਜ਼ ਕਰਦੇ ਪਏ ਹੋ ਥੋੜਾ ਜਿਹਾ ਆਪਦੀ ਗ੍ਰਾਮੈਟਿਕਲ ਸੈਂਸ ਵੀ ਯੂਜ਼ ਕਰ ਲਓ ਠੀਕ ਹੈ ਟੈਂਪਲੇਟ ਚੱਕੋ ਬਟ ਕੁਝ ਚੀਜ਼ਾਂ ਚੇਂਜ ਦਾ ਕਰ ਦਿਓ ਉਹਦੇ ਵਿੱਚ ਐਜ਼ ਇਟ ਇਜ਼ ਚੀਜ਼ਾਂ ਰੱਖੋਗੇ ਪੀਅਰਸਨ ਕੋਲੇ ਸਿਰਫ ਇੱਕੋ ਟੈਂਪਲੇਟ ਵਾਰੀ ਵਾਰੀ ਰਿਪੀਟਿਡਲੀ ਆ ਰਿਹਾ ਹੈ ਕਿ ਉਹ ਰਿਪੀਟਿਡਲੀ ਉਹੀ ਸਕੋਰ ਤੁਹਾਨੂੰ ਦੇਊਗਾ ਸੋ ਬੀ ਕਲੇਵਰ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਅਗਲੇ ਤੁਹਾਡੇ ਪੀਟੀ ਕੋਰ ਦੇ ਜਿਹੜੇ ਵੀ ਡਾਊਟਸ ਆਉਂਦੇ ਆ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਕਿਹੜੇ ਟੌਪਿਕ ਦੇ ਉੱਤੇ ਆਪਾਂ ਅਗਲੀ ਵੀਡੀਓ ਬਣਾਈਏ